ਔਰਤਾਂ ਦੇ ਨਾਲ ਤਸ਼ੱਦਦ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਏਗਾ ਔਰਤ ਕਿਸੇ ਵੀ ਧਰਮ ਦੀ ਹੋਵੇ ਮਹਿਜ ਦੀ ਹੋਵੇ ਕਾਸਟ ਦੀ ਹੋਵੇ ਜਾਂ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਦੇ ਖਿਲਾਫ ਜਿਹੜਾ ਕੋਈ ਉਹਨਾਂ ਦੀ ਰਿਸਪੈਕਟ ਨੂੰ ਸੈਲਫ ਰਿਸਪੈਕਟ ਨੂੰ ਠੇਸ ਪਹੁੰਚੇ ਇਹ ਖਾਸ ਕਰਕੇ ਅਸੀਂ ਫਲੋਰ ਹਲਕੇ ਦੇ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਦੇਾਂਗੇ ਗੱਲ ਅੱਟੇ ਪਿੰਡ ਦੀ ਹੈ ਅੱਟੇ ਪਿੰਡ ਦੇ ਵਸਨੀਕਾਂ ਨੇ ਸਾਂਝੇ ਤੌਰ ਤੇ ਇੱਕ ਜਗਰਾਤਾ ਕੱਲ ਰਾਤ ਰੱਖਿਆ ਸੀ ਜਗਰਾਤੇ ਦੇ ਵਿੱਚ ਧਾਲੀਵਾਲ ਕਾਦੀਆਂ ਤੋਂ ਵਸਨੀਕ ਸਾਡੇ ਇੱਥੋਂ ਦੇ ਐਮਪੀ ਸਾਹਿਬ ਚੌਰੀ ਸੰਤੋਖ ਸਿੰਘ ਨੂੰ ਐਜ਼ ਅ ਮੁੱਖ ਮਹਿਮਾਨ ਬੁਲਾਇਆ ਗਿਆ ਸੀ ਤਾਂ ਜੋ ਪਿੰਡ ਦੇ ਵਿਕਾਸ ਲਈ ਕੋਈ ਬਹੁਤ ਵੱਡੇ ਗੱਫੇ ਲਏ ਜਾ ਸਕਣ ਪਰ ਉਸ ਤਰ੍ਹਾਂ ਦਾ ਤਾਂ ਨਹੀਂ ਹੋਇਆ ਕੋਈ ਗੱਫੇ ਤਾਂ ਵਿਕਾਸ ਦੇ ਜਾਂ ਫੰਡਾਂ ਦੇ ਨਹੀਂ ਆਏ ਪਰ ਜਿਹੜੀ ਗੁਰਨਾਨਕ ਸਾਹਿਬ ਦੀ ਫਿਲਾਸਫੀ ਹੈ ਉਹਨੂੰ ਜ਼ਰੂਰ ਥੇਸ ਪਹੁੰਚ ਗਈ ਕਿ ਗੁਰਨਾਨਕ ਸਾਹਿਬ ਆਖਦੇ ਨੇ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਂ ਪਿੰਡ ਦੀਆਂ ਕੁਜੋਰਤਾਂ ਜੋ ਐਕਟਿਵਿਸਟ ਨੇ ਉਹਨਾਂ ਨੇ ਆਪਣੇ ਗ੍ਰਿਵੈਂਸਸ ਆਪਣੀਆਂ ਤਕਲੀਫਾਂ ਐਮਪੀ ਸਾਹਿਬ ਅੱਗੇ ਰੱਖਣੀਆਂ ਸਨ ਉਹਨਾਂ ਐਸਐਚਓ ਸਾਹਿਬ ਨੂੰ ਕੰਟੈਕਟ ਕੀਤਾ ਬਸੀ ਐਮਪੀ ਸਾਹਿਬ ਜਦੋਂ ਆਉਣਗੇ ਆਪਣੀਆਂ ਤਕਲੀਫਾਂ ਦੱਸਣੀਆਂ ਚਾਹਾਂਗੇ ਪਰ ਐਸਐਚਓ ਸਾਹਿਬ ਨੇ ਆਖਿਆ ਵੀ ਮੈਂ ਗੱਲ ਕਰਕੇ ਐਮਪੀ ਸਾਹਿਬ ਨਾਲ ਤੁਹਾਨੂੰ ਦੱਸਾਂਗਾ ਐਮਪੀ ਸਾਹਿਬ ਨਹੀਂ ਆਏ ਉਹਨਾਂ ਦੇ ਜਿਹੜੇ ਬੇਟੇ ਐ ਉਹ ਪਹੁੰਚੇ ਉਹ ਪਹੁੰਚਣ ਤੇ ਐਸਐਚਓ ਸਾਹਮਣੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਆਪਣੀ ਗਿਆ ਕਿ ਮੈਂ ਗੱਲ ਕਰਨੀ ਚਾਹਣਾ ਹਾਂ ਜਾਂ ਨਹੀਂ ਕੰਸੈਂਟ ਦਿੱਤੀ ਜਾਂ ਨਹੀਂ ਦਿੱਤੀ ਇਹ ਐਸਐਚਓ ਸਾਹਿਬ ਜਾਣਦੇ ਆ ਪਰ ਜੋ ਉੱਥੇ ਉਹਨਾਂ ਵੂਮਨਜ਼ ਨਾਲ ਉਹਨਾਂ ਔਰਤਾਂ ਨਾਲ ਵਤੀਰਾ ਕੀਤਾ ਗਿਆ ਉਹ ਬਹੁਤ ਹੀ ਗਲਤ ਹੈ ਤੇ ਅਤਿ ਨਿੰਦਨਯੋਗ ਹੈ ਪੰਜਾਬ ਦੀ ਧਰਤੀ ਜਿੱਥੇ ਹਰ ਇੱਕ ਮਜ਼ਬਬ ਦੀ ਰਿਸਪੈਕਟ ਹੈ ਉੱਥੇ ਇੱਕ ਔਰਤਾਂ ਨਾਲ ਇਹ ਜਿਹਾ ਵਿਵਹਾਰ ਕਰਨਾ ਉਹ ਬਹੁਤ ਵੱਡੀ ਵੱਡੀ ਨਿੰਦਨਯੋਗ ਗੱਲ ਹੈ ਤੇ ਉਹ ਗੱਲ ਬਿਲਕੁਲ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਕੱਲ ਜਿਹੜੀ ਸਭ ਤੋਂ ਵੱਡਾ ਸਵਾਲ ਹੈ ਉਹ ਇਹ ਹੈ ਵੀ ਜਦੋਂ ਐਸਐਚਓ ਸਾਹਿਬ ਇੱਕ ਡੈਕੋਰੇਟਿਡ ਜਿਹੜੀ ਆਰਗੇਨਾਈਜ਼ਡ ਫੋਰਸ ਹੈ ਡਿਸਪਲਾਈਨਡ ਫੋਰਸ ਹੈ